ਅਨੁਸੂਚਿਤ ਜਾਤੀ ਦੇ ਲੋਕਾਂ ਤੇ ਹੋਣ ਵਾਲੇ ਅਤਿਆਚਾਰਾਂ ਅਤੇ ਜਾਤੀਆਂ ਨੂੰ ਰੋਕਣ ਲਈ ਐਸਸੀ ਕਮਿਸ਼ਨ ਪੰਜਾਬ ਵੱਲੋਂ ਜਲਦੀ ਇਨਸਾਫ਼ ਦਵਾਇਆ ਜਾ ਰਿਹਾ ਅਤੇ ਜਾਤੀਆਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੀ ਰਾਜ ਕੁਮਾਰ ਹੰਸ, ਮੈਂਬਰ ਐਸਸੀ ਕਮਿਸ਼ਨ ਪੰਜਾਬ ਨੇ ਅੱਜ ਦਫ਼ਤਰ ਡਿਪਟੀ ਕਮਿਸ਼ਨਰ ਵਿਖੇ ਅਨੁਸੂਚਿਤ ਜਾਤੀ ਦੇ ਪ੍ਰਾਰਥੀਆਂ ਦੀਆਂ ਅਰਜ਼ੀਆਂ ਦੀ ਸੁਣਵਾਈ ਕਰਦੇ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਐਸਸੀ ਕਮਿਸ਼ਨ ਦੇ ਮੈਂਬਰ ਰਾਜ ਕੁਮਾਰ ਹੰਸ ਨੇ ਦੱਸਿਆ ਕਿ ਐਸਸੀ ਕਮਿਸ਼ਨ ਪਾਸ ਅਨੁਸੂਚਿਤ ਜਾਤੀਆਂ ਨਾਲ ਸੰਬੰਧਿਤ ਪ੍ਰਾਰਥੀਆਂ ਵੱਲੋਂ ਕੀਤੀਆਂ ਗਈਆਂ ਸ਼ਿਕਾਇਤਾਂ ਦਾ ਦਿਨੋ ਦਿਨ ਵਾਧਾ ਹੋ ਰਿਹਾ ਹੈ ਅਤੇ ਕਮਿਸ਼ਨ ਇਹਨਾਂ ਸ਼ਿਕਾਇਤਾਂ ਦਾ ਨਿਪਟਾਰਾ ਬਹੁਤ ਜਲਦੀ ਕਰ ਰਿਹਾ ਹੈ। ਉਹਨਾਂ ਦੱਸਿਆ ਕਿ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਨਾਲ ਸੰਬੰਧਿਤ ਅਨੁਸੂਚਿਤ ਜਾਤੀ ਦੇ 10 ਪ੍ਰਾਰਥੀਆਂ ਦੀਆਂ ਅਰਜ਼ੀਆਂ 'ਤੇ ਕਾਰਵਾਈ ਕਰਦਿਆਂ ਉਹਨਾਂ ਸਿਵਲ, ਪੁਲਿਸ ਅਤੇ ਸਿਹਤ ਵਿਭਾਗਾਂ ਦੀਆਂ ਵੱਖਰੀਆਂ ਵੱਖਰੀਆਂ ਟੀਮਾਂ ਦਾ ਗਠਨ ਕਰਕੇ ਆਪਣੀ ਰਿਪੋਰਟ ਐਸਸੀ ਕਮਿਸ਼ਨ ਪਾਸ ਪੇਸ਼ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਪੁਲਿਸ ਨਾਲ ਸੰਬੰਧਿਤ 2 ਸ਼ਿਕਾਇਤਾਂ ਦਾ ਨਿਪਟਾਰਾ ਕਰਦਿਆਂ ਉਹਨਾਂ ਪੁਲਿਸ ਵਿਭਾਗ ਨੂੰ ਹਦਾਇਤ ਕੀਤੀ ਹੈ ਕਿ ਉਹ ਆਪਣੀ ਕੀਤੀ ਗਈ ਕਾਰਵਾਈ ਦੀ ਰਿਪੋਰਟ 28 ਅਕਤੂਬਰ ਤੱਕ ਪੇਸ਼ ਕਰਨ। ਉਹਨਾਂ ਇਹ ਵੀ ਹਦਾਇਤ ਕੀਤੀ ਕਿ ਜੇਕਰ ਕੋਈ ਅਨੁਸੂਚਿਤ ਜਾਤੀ ਦੇ ਲੋਕਾਂ 'ਤੇ ਕਿਸੇ ਵੀ ਪ੍ਰਕਾਰ ਦਾ ਅਤਿਆਚਾਰ ਕਰਦਾ ਹੈ ਤਾਂ ਦੋਸ਼ੀਆਂ ਵਿਰੁੱਧ 24 ਘੰਟਿਆਂ ਦੇ ਅੰਦਰ ਅੰਦਰ ਐਸਸੀ ਐਸਟੀ ਐਕਟ ਤਹਿਤ ਮਾਮਲਾ ਦਰਜ ਕੀਤਾ ਜਾਵੇ। ਬਹੁਤ ਸਾਰੀਆਂ ਕੰਪਲੇਂਟਸ ਦੇ ਜਿਹੜੇ ਸੋਲਵ ਆਊਟ ਕਰਦੇ ਹੈਗੇ, ਉਹ ਪਰ ਕਿਤੇ ਲੱਗਦਾ ਨਹੀਂ ਗਾ ਕਿ ਵਾਰ ਵਾਰ ਜਿਹੜੀਆਂ ਹੈਗੀਆਂ ਕੰਪਲੇਂਟਸ ਬਹੁਤ ਜ਼ਿਆਦਾ ਆ ਰਹੀਆਂ ਭਾਈਚਾਰੇ ਨੂੰ। ਕੀ ਕਹਿਣਾ ਹੈਗਾ ਜਿਹੜਾ ਅੱਜ ਦੀ ਵਿਜ਼ਿਟ ਤੁਹਾਡੀ ਉਹਦੇ ਬਾਰੇ? ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਅਲੱਗ ਅਲੱਗ ਪਿੰਡਾਂ ਦੇ ਵਿੱਚੋਂ, ਚਾਹੇ ਉਹ ਤਹਿਸੀਲ ਮਲੋਟ ਹੈ, ਚਾਹੇ ਜ਼ਿਲ੍ਹਾ ਵਾ ਤਹਿਸੀਲ ਮਲੋਟ ਇਹ ਮੁਕਤਸਰ ਹੈ, ਅਲੱਗ ਅਲੱਗ ਇਲਾਕਿਆਂ ਵਿੱਚੋਂ ਸ਼ਿਕਾਇਤਕਰਤਾ ਦੀਆਂ ਥੋੜ੍ਹੇ ਦਿਨ ਪਹਿਲਾਂ ਹੀ ਐਸਸੀ ਕਮਿਸ਼ਨ ਨੂੰ ਸ਼ਿਕਾਇਤਾਂ ਪ੍ਰਾਪਤ ਹੋਈਆਂ। ਉਹਨਾਂ ਸ਼ਿਕਾਇਤਾਂ ਨੂੰ ਸ਼ਡਿਊਲ ਕਾਸਟ ਕਮਿਸ਼ਨ ਨੇ ਬੜੀ ਹੀ ਗੰਭੀਰਤਾ ਨਾਲ ਲਿਆ ਔਰ ਤੁਸੀਂ ਦੇਖੋ ਕਿ 2-4 ਦਿਨਾਂ ਦੇ ਵਿੱਚ ਹੀ ਸਖ਼ਤ ਐਕਸ਼ਨ ਲੈਂਦੇ ਹੋਏ ਅਸੀਂ ਇੱਥੇ ਗੁਰੂਆਂ ਦੀ ਧਰਤੀ 'ਤੇ, ਸ਼੍ਰੀ ਮੁਕਤਸਰ ਸਾਹਿਬ ਦੀ ਧਰਤੀ 'ਤੇ ਇੱਥੇ ਆਏ ਹਾਂ ਔਰ ਮੌਕੇ 'ਤੇ ਜਿਹੜੇ ਜਿਹੜੇ ਕੇਸਾਂ ਨਾਲ ਸੰਬੰਧਿਤ ਅਧਿਕਾਰੀਗਣ ਸਨ ਉਹਨਾਂ ਨੂੰ ਹਦਾਇਤਾਂ ਕੀਤੀਆਂ ਗਈਆਂ ਕਿ ਸ਼ਿਕਾਇਤਕਰਤਾ ਨੂੰ ਇਨਸਾਫ਼ ਦੇਣ ਲਈ ਤੁਰੰਤ ਕਾਰਵਾਈ ਕਰਨੀ ਹੈ ਔਰ ਕਈ ਕੇਸਾਂ ਦੇ ਅੰਦਰ ਪੁਲਿਸ ਨੂੰ ਇਸ ਗੱਲ ਦੀ ਪ੍ਰਸ਼ੰਸਾ ਵੀ ਹੈ ਇਸ ਗੁਰੂ ਦੀ ਧਰਤੀ ਦੀ ਪੁਲਿਸ ਨੂੰ ਕਿ ਤੁਰੰਤ ਕਈ ਸ਼ਿਕਾਇਤਾਂ ਦੇ ਉੱਤੇ ਪੁਲਿਸ ਨੇ ਕਾਰਵਾਈ ਵੀ ਕੀਤੀ ਹੈ ਔਰ ਜਿਹੜੇ ਕੇਸਾਂ ਦੇ ਅੰਦਰ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਤਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਹੀਂ ਕਾਰਵਾਈ ਕੀਤੀ ਗਈ ਅਤੇ ਉਹਨਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹਨਾਂ ਸ਼ਿਕਾਇਤਾਂ ਦਾ ਵੀ ਨਿਪਟਾਰਾ ਜਲਦੀ ਤੋਂ ਜਲਦੀ ਕਰਨਾ ਹੈ। ਬਹੁਤ ਸਾਰੀਆਂ ਦਰਖਾਸਤਾਂ ਸੰਬੰਧੀ ਪੁਲਿਸ ਨੂੰ ਔਰ ਇਸ ਇਲਾਕੇ ਦੇ ਸਿਵਲ ਸਰਜਨ ਮੈਡਮ ਔਰ DDPO ਸਾਹਿਬ ਉਹਨਾਂ ਨੂੰ ਵੀ 2 ਕੇਸਾਂ 'ਚ ਹਦਾਇਤ ਕੀਤੀ ਗਈ ਹੈ ਕਿ 11 ਨਵੰਬਰ ਤਾਈਂ ਉਹ ਜਿਹੜੀਆਂ 2 ਪੈਂਡਿੰਗ ਸ਼ਿਕਾਇਤਾਂ ਹੈ ਜਿਹੜੀਆਂ ਹੈਲਥ ਨਾਲ ਸੰਬੰਧਿਤ ਨੇ ਵੀ ਉਹਨਾਂ ਦਾ ਹੱਲ ਕਰਕੇ 11-11 ਨੂੰ ਸ਼ਡਿਊਲ ਕਾਸਟ ਕਮਿਸ਼ਨ ਦੀ ਮੇਲ 'ਤੇ ਰਿਪੋਰਟਾਂ ਭੇਜਣੀਆਂ ਹੈ ਔਰ ਸਾਡੇ ਕੋਲ DSP ਸਾਹਿਬ ਬੈਠੇ ਨੇ, ਇਹਨਾਂ ਨਾਲ ਵੀ ਸੰਬੰਧਿਤ 1-2 ਦਰਖਾਸਤਾਂ ਆਈਆਂ ਨੇ, ਇਹਨਾਂ ਨੂੰ ਵੀ ਹਦਾਇਤ ਕੀਤੀ ਹੈ ਕਿ 28 ਅਕਤੂਬਰ ਤਾਈਂ ਸ਼ਿਕਾਇਤਾਂ ਦਾ ਨਿਪਟਾਰਾ ਕਰਕੇ ਸ਼ਡਿਊਲ ਕਾਸਟ ਕਮਿਸ਼ਨ ਨੂੰ ਭੇਜਣੀਆਂ ਹੈ ਔਰ ਨਾਲ ਹੀ ਨਾਲ ਕਈ 3-4 ਦਰਖਾਸਤਾਂ ਅੱਜ ਹੀ ਨਵੀਆਂ ਆਈਆਂ ਵਾ, ਉਹਨਾਂ ਨਵੀਆਂ ਦਰਖਾਸਤਾਂ ਨਾਲ ਸੰਬੰਧਿਤ ਅਧਿਕਾਰੀਗਣ ਜਿਹੜੇ ਵੀ ਸੰਬੰਧਿਤ ਅਧਿਕਾਰੀਗਣ ਹੈ ਉਹਨਾਂ ਦੀ ਡਿਊਟੀ ਲਗਾਈ ਗਈ ਹੈ, ਹਦਾਇਤ ਕੀਤੀ ਗਈ ਹੈ ਕਿ ਇਹਨਾਂ ਸ਼ਿਕਾਇਤਾਂ ਨੂੰ ਵੀ ਤੁਰੰਤ ਹੱਲ ਕਰਨਾ ਹੈ। ਤਾਂ ਮੈਂ ਸਮਝਦਾ ਹਾਂ ਕਿ ਜਿੱਥੇ ਸ਼ਡਿਊਲ ਕਾਸਟ ਲੋਕਾਂ ਦੇ ਨਾਲ ਪੰਜਾਬ ਦੇ ਅਲੱਗ ਅਲੱਗ ਜ਼ਿਲ੍ਹਿਆਂ ਦੇ ਅੰਦਰ ਮੈਨੂੰ ਲਗਭਗ 9-10 ਜ਼ਿਲ੍ਹਿਆਂ 'ਚ ਜਾਣ ਦਾ ਮੌਕਾ ਮਿਲਦਾ ਹੈ ਔਰ 1 ਮਹੀਨੇ ਦੇ ਅੰਦਰ ਲਗਭਗ ਮੈਂ 4-5 ਮਹੀਨਿਆਂ ਵਿੱਚ ਓਫਿਸ਼ੀਅਲ ਵਿਜ਼ਿਟ ਕਰਦਾ ਹਾਂ ਔਰ ਜਿੱਥੇ ਕਰੀਦੇ ਓਫਿਸ਼ੀਅਲ ਵਿਜ਼ਿਟ ਲੋਕਾਂ ਨੂੰ ਤੁਰੰਤ ਇਨਸਾਫ਼ ਦਿਵਾਉਣ ਵਿੱਚ ਭੂਮਿਕਾ ਅਦਾ ਕਰੀ। ਸਰ, ਜਿਹੜੀਆਂ ਲਗਾਤਾਰ ਜਿਹੜੀਆਂ ਦਰਖਾਸਤਾਂ ਵੱਧ ਰਹੀਆਂ ਨੇ, ਲਾਸਟ ਮੰਥ ਵੀ ਤੁਸੀਂ ਆਏ ਸੀ, ਉਹਨਾਂ 'ਚੋਂ ਕੋਈ ਕਿਸੇ ਦਾ ਜਿਹੜਾ ਸਲੋਟ ਹੋਇਆ ਜੀ? ਹਾਂਜੀ, 1 ਮਾਮਲਾ ਸੀ ਜਿਹਦੇ 'ਚ ਸਿਮਰਜੀਤ ਕੌਰ, ਜਿਹਦੇ 'ਚ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ 1 ਦੋਸ਼ੀ ਦੇ ਖਿਲਾਫ਼ ਪਰਚਾ ਦਰਜ ਕੀਤਾ ਸੀ ਔਰ ਆਉਂਦੇ ਸਾਰ ਹੀ ਸਭ ਤੋਂ ਪਹਿਲਾਂ ਮੈਂ DSP ਸਾਹਿਬ ਜਿਹੜੇ ਉਸ ਕੇਸ ਨਾਲ ਸੰਬੰਧਿਤ DSP ਸਾਹਿਬ ਬੈਠੇ ਨੇ ਉਹਨਾਂ ਨਾਲ ਉਹ ਕੇਸ ਡਿਸਕਸ ਕੀਤਾ। ਉਹਨਾਂ ਨੇ ਕੇਸ ਦੀ ਪੇਚੀਦਾ ਨੂੰ ਦੱਸਦੇ ਹੋਏ ਕਿਹਾ ਕਿ ਸਰ, ਮੈਂ ਬਾਅਦ 'ਚ ਤੁਹਾਡੇ ਨਾਲ ਉਹ ਕੇਸ ਡਿਸਕਸ ਕਰਾਂਗਾ। ਤੋ ਜਿੱਥੇ ਕਿਉਂਕਿ ਉਸ ਕੇਸ ਦੇ ਅੰਦਰ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਈ ਸੀ, ਇਸ ਕਰਕੇ ਤੱਥਾਂ ਦੇ ਆਧਾਰ 'ਤੇ ਪੁਲਿਸ ਨੂੰ ਤਾਂ ਉੱਥੋਂ ਦੌੜਨ ਨਹੀਂ ਦਿੱਤਾ ਜਾਏਗਾ, ਸ਼ਿਕਾਇਤਕਰਤਾ ਨੂੰ ਉਸ ਕੇਸ ਦੇ ਅੰਦਰ ਤੁਰੰਤ ਔਰ ਵਧੀਆ ਤਰੀਕੇ ਨਾਲ ਇਨਸਾਫ਼ ਦਿਵਾਇਆ ਜਾਏ। ਸਰ, ਰੇਪ ਵਰਗੇ ਗੰਭੀਰ ਕੇਸਾਂ ਦੇ ਵਿੱਚ ਵੀ 4-4 ਮਹੀਨਿਆਂ ਦੀਆਂ ਪੈਂਡਿੰਗਸ ਨੇ, ਉਹ ਤੁਹਾਡੇ ਸਾਹਮਣੇ ਵੀ ਆਏ ਨੇ ਅੱਜ, ਜਿਵੇਂ ਉਹ ਸੋਸ਼ਲ ਮੀਡੀਆ 'ਤੇ ਬਰੀ ਵਾਲਾ ਦੀ ਵੀਡੀਓ ਵਾਇਰਲ ਹੋਈ ਹੈ ਨਾ, ਉਹਦੇ 'ਚ ਹਜੇ ਉਹ ਕਹਿ ਰਹੇ ਨੇ ਵੀ ਉਹਨਾਂ ਦੀ ਮਿਸਿਜ਼ ਨੂੰ ਨਹੀਂ ਉਹ ਹੋਇਆ ਜਾਂ ਸਮਾਨ, ਉਹ ਸਾਰਾ ਕੁਛ, ਉਹ ਇਹੋ ਜਿਹੇ ਕੇਸਾਂ ਦੇ ਵਿੱਚ ਵੀ ਕਿਤੇ ਨਾ ਕਿਤੇ ਨਹੀਂ? ਉਹ ਜਿਹੜਾ ਤੁਸੀਂ ਬਲਾਤਕਾਰ ਵਾਲਾ ਕੇਸ ਦੀ ਗੱਲ ਕਰਦੇ ਹੋ, ਲੜਕੀ ਜਿਹੜੀ 10ਵੀਂ ਕਲਾਸ ਦੀ ਵਿਦਿਆਰਥਣ ਸੀ,
उस केस के अंदर मैनू हमने पता लगे सारे सामने ए डी सी साहब बैठे ने एस डी एम साहब बैठे ने इन्हों की हाजरी से डी एस पी साहब ने दसिया कल रात ही परचा दर्ज होया और पुलिस को हदायत की गई और पठानकोट जिहड़ा फौजी है ड्यूटी से तैनात है लड़की के नाल शरीरिक शोषण किया है उसके उत्ते जो एफ आई आर दर्ज की गई है उस दोषी ने तुरंत गिरफ्तार करके रिपोर्ट पेश कर। सर जी मुक्तसर भी कोई जिस तरह किसी ने एप्लीकेशन दी है समस्या दसी है तो मुक्तसर भी दी जा सकती है? हाँ जी हाँ जी मुक्तसर जिथे मैं निजी तौर पर आंदा जब मर्जी तुम निजी तौर पर चंडीगढ़ आने की लड़ नहीं है जब मेरे कमीशन की मेल राही तुम जब मैं पी डी एफ करके बुध भी शुक्र तीन दिन चो दो दिन तो मैं पक्का चंडीगढ़ हों तो बाई चांस किसी ने कंप्लेट करनी मैं पी डी एफ भी कर सकता मेरी मेल से भी कर सकता जे मैं निजी तौर पर श्री मुक्तसर साहब इसे बहाने गुरुआ की धरती से दर्शन भी हो जाते हैं जे थोड़े नाम कोई कंप्लेट पड़ता कोई कार्रवाई की जाएगी किसी तरह जिस तरह मुक्तसर फड़िया जाए? देखो मैं तो पूरी कोशिश करता भी जिहड़ियां शिकायतां मेरे को आंदियां मैं हमेशा ईमानदारी ने उन्होंने हल करने की कोशिश कर रही जी। मुक्तसर तो नहीं कोई है तो कोई मैंबर किसी तरह का? हाँ जी कोई समस्या जिस कोई मुक्तसर तो नहीं है कोई मैंबर कंप्लेटा फट सके? नहीं 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 कोई ऐसा मैंबर कोई अपॉइंट नहीं किया जो कोई इस तरह निजी तौर पर एप्लीकेशन फट सके जिन्हें भी कोई एप्लीकेशन देनी मेरी शड्यूल कास्ट कमीशन की मेल से देनी है जब मैं जिस दिन कितने इतने आना थोड़े तो शहर के अंदर उदो निजी तौर पर मैं दे दें। हाँ जी गूगल तो जाओ एस सी कमीशन की मेल तुम शो हो जाएगी। सर सर जो किसी ऐसी भाईचारा कोई घटना वापर जाती है तो जी विरोधी धर वालों कोई होर केसा च भी फेक फेक जो दरखास्तों देकर उलझाया जाता जिम्मे अभी भी सुनते भी देख रहे भी जो विरोधी धर्म की वो मतलब कि फेक रिपोर्टा पी जाती कि उत्तर दरखास्त देती उसके उत्ते इन्नी भगाई करवाई कि पिछा छट जाए कितने कोई इस तरह की कोई दरखास्त लगती इन्हों की शिकायतकर्ता ना कोई गलत हो गया तो विरोधी धिर उस गलती तो बचने लिए कोई नजायज कंप्लेट कर रही है शिकायतकर्ता से एस सी परिवारों से नजायज कंप्लेट कर रही है कई बार तुम्हें यह लगे भी पोलीटिकल लोगों के प्रैशर हेठा विरोधी धिर से झूठी कंप्लेट तो उस शड्यूल कास्ट परिवार से झूठी कार्रवाई पुलिस करने की कोशिश की तो निजी तौर पर मेरे ध्यान च लिया नहीं तो दस करो देखो मैं तो जस्ट जिमें आप कह सकते हैं भी 10-15 दिन ही हुए श्री मुक्तसर साहब जिला मेरे को आया है ना तो जिन्या दरखास्त मेरे को आदि थोड़े सामने 4 दिन पहला दरखास्त मेरे को आईया अज मैं 5वें दिन थोड़े को श्री मुक्तसर साहब आ गया जिहड़े तरीके जे बाई चांस कोई इस तरह दियाँ देखो एक गल तो मैं थोड़े तो एक बहुत वड्डी उम्मीद रखदा मीडिया तो क्योंकि मीडिया एक बहुत बड़ा एक प्रचार का साधन है तो ये बेनती है मीडिया नू इस जिले के मीडिया नू बेनती है कि जिथे जिथे लोगों नू इंसाफ मिलता वा उत्थे उस गल का प्रचार भी किया जाए जिले के अंदर ता कि जिहड़े दूसरे लोगों ते शिकायतकर्ता जिहड़े एस सी परिवारों ते कोई विरोधी धिर दे लोग कोई धक्का करन दी कोशिश करदे उन्हां नू भी पता होवे कि एस सी कमीशन दे विच अप्रोच करनी है। ओके सर श्री मुक्तसर साहिब तो सोनू खेड़ा की रिपोर्ट सिटी होम न्यूज़।